अस्सलाम वालेकुम आंटी जी। वालेकुम सलाम बेटा, की हाल चाल जी? अल्लाह दा शुक्र है। मौसम अज बड़ा अच्छा है ते तुहाडा जो ट्री है ना मैनूं बड़ा सोहणा लगदा। मैं क्या अज थोड़ी जी बाहर बनाने आ। बाद शिवचाल कित्थे है? ए मैं भी इत्थे ही आ। शुरू होया दूसरा निकलना, स्प्रिंग स्टार्ट होया। Yes, beautiful. आंटी जी आज तो बढ़िया लिपस्टिक लाई हैं। तो प्यारे लग रहे हो। अच्छा आंटी तुसी की कह रहे सीगे? ओ शुगर मिलन दा की रोल है भाई? मैं टीवी देख रही सी ते मैं क्या भी सा रहा सी। अच्छा ते कह रहे चीनी चोर ते आटा चोर। कौन किनू कह रहा? दूसरे इमरान नु कह रहा सी। अच्छा हुकूमत नु कह रहा सी। अच्छा अपोजिशन वाले। अच्छा ते जे हैगी है अपना ਨੂਨ ਲੀਗ ਜਿਹੜੀ ਆ ਚੀਨੀ ਦੀਆਂ ਇਹਨਾਂ ਦੀਆਂ ਮਿੱਲਾਂ ਨੇ। ਅੱਛਾ ਸਰਦਾਰੀ ਦੀਆਂ ਵੀ ਮਿੱਲਾਂ ਨੇ। ਅੱਛਾ ਮਿੱਲਾਂ ਤੇ ਇਹਨਾਂ ਲੋਕਾਂ ਦੀਆਂ, ਆਟੇ ਦੀਆਂ ਵੀ, ਚੀਨੀ ਦੀਆਂ ਵੀ, ਇਮਰਾਨ ਦੀਆਂ ਤੇ ਨਹੀਂ। ਸਹੀ ਤੇ ਇਹ ਦੂਸਰਾ ਇਹਨਾਂ ਨੇ ਆਪਣੀਆਂ ਮਿੱਲਾਂ ਨੂੰ ਚੀਨੀ ਬਣਾ ਬਣਾ ਕੇ ਤੇ ਉਹ ਸਟੋਰ ਕੀਤੇ ਹੋਏ ਆ ਤੇ ਸੱਟਾ ਖੇਡਦੇ ਆ। ਅੱਛਾ ਤੇ ਦੂਸਰਾ ਉਹਨਾਂ ਨੂੰ ਸਟੋਰ ਕੀਤੇ ਹੋਏ। ਅੱਛਾ ਤੇ ਲੋਕਾਂ ਨੂੰ ਕਹਿੰਦੇ ਆ ਵੀ ਇਹਨੇ ਚੀਨੀ ਪ੍ਰਾਈਸ ਆਫ ਕੀਤੀ ਆ। ਖੈਰ ਖਵਾ ਤੇ ਕਿਉਂ ਨੀ ਆਪਣੀਆਂ ਉਦੋਂ ਟਰੱਕਾਂ ਦੇ ਟਰੱਕ ਆਪਣੀਆਂ ਭਰ ਕੇ ਕੱਢਦੇ ਆਟੇ ਦੇ। ਅੱਛਾ ਤੇ ਉਹ ਦੂਸਰਾ ਸ਼ਹਿਰਾਂ ਚ ਲੈ ਕੇ ਆਉਂਦੇ, ਜ਼ਿਲ੍ਹਿਆਂ ਚ ਲੈ ਕੇ ਆਉਂਦੇ ਚੀਨੀ ਵੀ। ਯਾਨੀ ਚੋਰ ਕਹਿ ਰਹੇ ਨੇ? ਚੋਰ 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 ਚੋਰਾਂ ਨੂੰ ਦੂਸਰਿਆਂ ਨੂੰ ਚੋਰ ਬਣਾ ਰਹੇ ਨੇ, ਕੋਈ ਚੋਰ ਨੇ। ਅੱਛਾ ਕਣਕ ਦਾ ਇੰਨਾ ਸੱਤਿਆਨਾਸ਼ ਸਟੋਰ ਕਰ ਕਰਕੇ ਇੰਨਾ ਸੱਤਿਆਨਾਸ਼ ਕਰ ਦਿੰਦੇ ਆ ਕਿ ਗੌਰਮੈਂਟ ਕੋਲੋਂ ਕੀ ਪਤਾ ਨੀ ਕੀ ਆ, ਕਹਿੰਦੇ ਉਹ ਪੈਸੇ ਵੀ ਲੈ ਲੈਂਦੇ ਆ। ਅੱਛਾ ਪਤਾ ਨੀ ਕੀ ਉਹਦਾ ਨਾਮ ਬਣਾਇਆ ਸਬਸਿਡੀ। ਹਾਂਜੀ ਉਹ ਲੈ ਲੈਂਦੇ ਤੇ ਕਣਕ ਦਾ ਜਿਹੜਾ ਉਹ ਇੰਨੀ ਬੁਰੀ ਹਾਲਤ ਕਰਕੇ ਬਾਹਰ ਸੁੱਟਦੇ ਆ ਮਿੱਟੀ ਬਣਾ ਕੇ। ਅੱਛਾ ਉਹ ਮਿੱਟੀ ਰੋੜੀ ਪਾਉਣ ਦੇ ਕੰਮ ਹੀ ਨੀ ਹੁੰਦੀ ਕਿ ਉਹਦੇ ਵਿੱਚ ਸੁੰਡੀਆਂ ਪੈਦਾ ਹੋਈਆਂ ਹੁੰਦੀਆਂ। ਅੱਛਾ ਇੰਨਾ ਉਹ ਸਭ ਕੁਛ ਕਰਦੇ ਤੇ ਕਹਿੰਦੇ ਗੌਰਮੈਂਟ ਨੂੰ, ਆਵਾਮ ਇੰਨੀ ਭੋਲੀ ਹੈ ਕਿ ਜਾਣਦੇ ਵੀ ਮਿੱਲਾਂ ਤੇ ਇਹਨਾਂ ਲੋਕਾਂ ਦੀਆਂ ਨੇ। ਦੱਸ ਰਹੀ ਮਿੱਲਾਂ ਇਹਨਾਂ ਲੋਕਾਂ ਦੀਆਂ ਨੇ, ਕਿਉਂ ਨੀ ਲੈ ਕੇ ਆਉਂਦੇ ਉੱਥੇ? ਠੀਕ ਕਿਉਂ ਨੀ ਇਹ ਦੂਸਰਾ ਲੋਕਾਂ ਨੂੰ ਦਿੰਦੇ ਆਪਣਾ? ਸਹੀ ਹਰ ਜ਼ਿਲ੍ਹੇ 'ਚ ਲੈ ਕੇ ਆਉਣ ਵਾਲੇ ਆਪਣੇ ਆਵਾਮ ਨੂੰ ਦੱਸਣ ਵੀ ਅਸੀਂ ਆਹ ਕੁਛ ਹੈਗੇ ਹਾਂ, ਸਹੀ ਸਾਡੀਆਂ ਚੀਜ਼ਾਂ ਨੇ ਤੇ ਅਸੀਂ ਲੈ ਕੇ ਆ ਰਹੇ ਹਾਂ। ਅਸੀਂ ਜੇ ਇਹਨਾਂ ਇਹਨਾਂ ਨੂੰ ਮੁਲਕ ਦਾ ਹੈਗਾ ਦੁੱਖ ਤੇ ਮੁਲਕ ਵਿੱਚੋਂ ਲੈ ਕੇ ਆਉਣ, ਨਾ ਕਮਾਈ ਕਰਨ ਇੱਕ ਦੋ ਸਾਲ, ਠੀਕ ਹੈ ਥੋੜੀ ਕਮਾਈ ਕਰ ਲੈਣ। ਲਓ ਜੀ ਆਸਾਨ ਜਿਹੇ ਲਫ਼ਜ਼ਾਂ 'ਚ ਮੈਂ ਵੀ ਸਮਝਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਜਿਹੜੇ ਅਪੋਜੀਸ਼ਨ ਵਾਲੇ ਨੇ ਉਹੀ ਜਾਗੀਰਦਾਰ ਨੇ ਤੇ ਉਹੀ ਫੈਕਟਰੀ ਮਾਲਕਾਨ ਨੇ, ਤੇ ਉਹੀ ਰੌਲਾ ਪਾਉਂਦੇ ਨੇ ਕਿ ਜੀ ਮਹਿੰਗਾਈ ਕਰ ਦਿੱਤੀ ਤੇ ਸ਼ੂਗਰ ਮਹਿੰਗੀ ਹੋ ਗਈ ਤੇ ਸ਼ੂਗਰ ਗਾਇਬ ਹੋ ਗਈ ਹੈ। ਸ਼ੂਗਰ ਗਾਇਬ ਤੇ ਤੁਸੀਂ ਇਹ ਕਹਿ ਰਹੇ ਹੋ ਕਿ ਕੱਢੋ, ਫਿਰ ਤੁਸੀਂ ਕੱਢੋ? ਹਾਂਜੀ ਉਹ ਗਾਇਬ ਉਹਨਾਂ ਨੇ ਖੁਦ ਹੀ ਕੀਤੀ ਹੈ, ਸਟੋਰਾਂ ਦੇ ਸਟੋਰ ਗਾਇਬ ਕਰਦੇ ਆ, ਉਹ ਫਿਰ ਸੱਟਾ ਖੇਡਦੇ ਆ। ਅਲੱਗ ਪਾਕਿਸਤਾਨ ਦੇ ਵਿੱਚ ਸੱਟਾ ਗੌਰਮੈਂਟ ਨੂੰ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਕਿਉਂਕਿ ਇਹ ਤੇ ਜਿਹੜੇ ਗਰੀਬ ਲੋਕ ਵੀ ਲੱਗ ਪੈਂਦੇ ਉਧਰਲੀ ਸਾਈਡ ਨੂੰ ਆਪਣੇ ਘਰਾਂ ਦੇ ਘਰ ਤੋਂ ਬਾਹਰ ਕਰ ਦਿੰਦੇ ਨੇ ਸੱਟੇ ਦੇ ਵਿੱਚ। ਠੀਕ ਬਹੁਤ ਸ਼ੁਕਰੀਆ ਆਂਟੀ ਜੀ ਸਾਡੇ ਦਾ। ਮੈਨੂੰ ਇਸ ਤੋਂ ਪਤਾ ਕਿ ਮੇਰੇ ਆਪਣੇ ਤਾਇਆ ਜੀ ਸੱਟਾ ਖੇਡਦੇ ਸੀ। ਅੱਛਾ ਸੱਟੇ ਦਾ ਮਤਲਬ ਜੂਆ? ਜੂਆ ਵੱਡਾ ਜੂਆ, ਸਭ ਤੋਂ ਵੱਡਾ ਜੂਆ ਹੈ ਇਹ, ਜਿਹੜੇ ਦੂਸਰਾ ਖੇਡਦੇ ਆ ਚੀਨੀ ਲਗਾ ਲੈਂਦੇ ਆ ਤੇ ਉਹਦੀ ਪ੍ਰਾਈਸਾਂ ਅਪ ਡਾਊਨ ਅਪ ਨੂੰ ਜ਼ਿਆਦਾ ਹੋਣੀਆਂ ਤੇ ਕੱਢਾਂਗੇ। ਅੱਛਾ ਤੇ ਉਹ ਥੋੜੀ ਦੇਰ ਲਈ ਕੱਢ ਦਿੰਦੇ ਫਿਰ ਕਰ ਲੈਂਦੇ ਆ, ਜ਼ਖੀਰਾਂਦੋਜ਼ੀ ਖੁਦ ਕਰਦੇ ਆ, ਜ਼ਖੀਰਾਂਦੋਜ਼ੀ ਹੈ। ਹਾਂਜੀ ਠੀਕ ਹੈ ਆਂਟੀ ਜੀ, ਬਹੁਤ ਸ਼ੁਕਰੀਆ ਗੱਲਬਾਤ ਕਰਨ ਦਾ। ਅੱਲਾ ਪਾਕ ਸਾਡੇ ਮੁਲਕ ਤੇ ਰਹਿਮ ਫਰਮਾਏ। ਅੱਲਾ ਕਰੇ। ਅਸਲਾਮੁ ਅਲੈਕੁਮ। ਵਾਲੇਕੁਮ ਸਲਾਮ।